ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ న్యూਸ ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਬਾਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਵਿੱਚ ਆਮ ਆਦਮੀ ਦੇ ਹੱਥੋਂ ਕਿਸਕ ਗਈ ਰੇਟ ਨਵੀਂ ਸਰਕਾਰ ਆਉਂ ਤੇ ਆਸਮਾਨੀ ਪਹੁੰਚੇ ਰੇਟਾਂ सीएम ਭਗਵੰਤ ਮਾਨ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ ਹੁਣ ਮੂੰਗੀ ਤੇ ਬਾਸਪਤੀ ਤੇ ਦਿੱਤੀ ਜਾਵੇਗੀ ਐਮਐਸਪੀ ਸੇਵਾ ਕੇਂਦਰ ਨੂੰ ਮੁਹੱਲਾ ਕਲੀਨਿਕਾਂ 'ਚ ਬਦਲਣ ਦੀ ਤਿਆਰੀ ਵਿੱਚ ਆਪ ਸਰਕਾਰ ਔਰਤਾਂ ਨੂੰ ਕਰਵਾਇਆ ਜਾਵੇਗਾ ਮੁਫਤ 70 ਘੰਟੇ ਦਾ ਆਨਲਾਈਨ ਕੋਰਸ ਇੰਜ ਕਰੋ ਰਜਿਸਟ੍ਰੇਸ਼ਨ ਝੋਨੇ ਦੀ ਲਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਫਾਰਮੂਲਾ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਪੰਜਾਬ ਪੁਲਿਸ ਦੇ ਪੰਜਾਬ ਮੁਲਾਜ਼ਮਾ ਨੇ ਕੇਜਰੀਵਾਲ ਨੂੰ ਧਮਕੀ ਦੇਣ ਵਾਲੇ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਕੀਤਾ ਗ੍ਰਿਫਤਾਰ ਪੰਜਾਬ ਦੀ ਤੂੜੀ ਪੰਜਾਬ ਤੋਂ ਬਾਹਰ ਜਾਣ ਤੇ ਰੋਕ ਡੇਰੀ ਚਾਲਕਾਂ ਨੇ ਰੋਕੇ ਟਰੱਕ ਸਿੱਖਿਆ ਬੋਰਡ ਨੇ ਪੱਜਵੀਂ ਜਮਾਤ ਦਾ ਨਤੀਜਾ ਐਲਾਨਿਆ ਤਿੰਨ ਵਿਦਿਆਰਥੀਆਂ ਦੇ 500 ਚ 500 ਨੰਬਰ ਪੰਜਾਬ ਸਰਕਾਰ ਨੇ ਕਲਰਕ ਦੀਆਂ 1200 ਅਸਾਮੀਆਂ ਕੱਢੀਆਂ ਸੁਕਰਨਿਆ ਸਮਰਥੀ ਯੋਜਨਾ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਜਲਦੀ ਹੀ ਮਿਲ ਸਕਦੀ ਹੈ ਖੁਸ਼ਖਬਰੀ ਸ਼ਾਨਦਾਰ ਆਫਰ 5000 ਰੁਪਏ ਸਸਤਾ ਮਿਲ ਰਿਹਾ ਹੈ ਵੀਵੋ ਦਾ A ਫੋਨ ਝੋਨੇ ਦੇ ਸਿੱਧੀ ਬਜਾਏ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ ਪਰ ਹੇਠੀ ਏਕੜ 1500 ਰੁਪਏ ਵਿੱਤੀ ਸਹਾਇਤਾ ਡੀਸੀ ਤੇ ਦੋਸਤੋ ਇਹਦੀਆਂ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਹਾਂ ਜੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲੈ ਤਾਂ ਜਿਹੜੀਆਂ ਅਸੀਂ ਨਵੀਆਂ ਖਬਰਾਂ ਪਾਇਆ ਕਰਾਂਗੇ ਉਸ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੂਗੀ ਤੇ ਨਾਲ ਹੀ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਆਪਣੀ ਇਸ ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਨਾਲ ਹੀ ਆਪਣੇ ਦੋਸਤਾਂ ਅਤੇ ਤੱਕ ਵੱਤਵਾਦ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਇਹ ਕਿ ਪੰਜਾਬ ਵਿੱਚ ਆਮ ਆਦਮੀ ਦੇ ਹੱਥੋਂ ਕਿਸ ਕਿਤੇ ਰੇਤ ਨਵੇਂ ਸਰਕਾਰ ਆਉਣ ਤੇ ਆਸਮਾਨੀ ਪਹੁੰਚੇ ਰੇਟ ਦੋਸਤੋ ਪੰਜਾਬ ਵਿੱਚ ਮਾਈਨਿੰਗ ਨੀਤੀ ਨਾ ਹੋਣ ਕਰਨਾ ਮਨਮਾਨੇ ਭਾਅ ਰੇਤ ਵੇਚੀ ਜਾ ਰਹੀ ਹੈ ਪਿਛਲੀਆਂ ਦੋ ਚੋਣਾਂ ਦੌਰਾਨ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਮਹਿੰਗੀ ਰੇਤਾ ਇੱਕ ਵੱਡਾ ਮੁੱਦਾ ਰਿਹਾ ਹੈ ਪਿਛਲੀ ਕਾਂਗਰਸ ਸਰਕਾਰ ਵੇਲੇ ਕੈਪਟਨ ਅਮਿੰਦਰ ਸਿੰਘ ਨੇ ਰੇਤ ਸਸਤੀ ਕਰਨ ਦੇ ਕਈ ਦਾਅਵੇ ਕੀਤੇ ਸਨ ਕੈਪਟਨ ਨੇ ਮਾਰਚ 2018 ਵਿੱਚ ਹੈਲੀਕਾਪਟਰ ਰਾਹੀਂ ਮਾਈਨਿੰਗ ਸਾਈਟਾਂ ਦਾ ਹਵਾਈ ਦੌਰਾ ਕੀਤਾ ਪਰ ਨਤੀਜਾ ਜ਼ੀਰੋ ਰਿਹਾ ਨਾ ਤਾਂ ਨਜਾਇਜ਼ ਮਾਈਨਿੰਗ ਬੰਦ ਹੋਏ ਤੇ ਨਾ ਹੀ ਰੇਤ ਦੇ ਭਾਅ ਹੇਠਾਂ ਆਏ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਕਾਂਗਰਸ ਨੇ ਕੈਪਟਨ ਨੂੰ ਹਟਾ ਕੇ ਚੰਨਜੀਤ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਤਾਂ ਸਭ ਤੋਂ ਪਹਿਲਾਂ ਰੇਤ ਦੇ ਭਾਅ ਤੇ ਕਿਤੇ ਇਸ ਕਾਰਨ ਕੀਮਤਾਂ ਵਿੱਚ ਕਾਫੀ ਕਮੀ ਆਈ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ 'ਚ ਨਜ਼ਾਇਜ਼ ਮਾਈਨਿੰਗ ਨੂੰ ਮੁੱਦਾ ਬਣਾਇਆ ਸੀ ਉਹਨਾਂ ਦਾਅਵਾ ਕੀਤਾ ਕਿ ਪੰਜਾਬ 'ਚ ਇੱਕ ਸਾਲ ਵਿੱਚ ਰੇਤਾ ਬਜਰੀ ਦਾ 20000 ਕਰੋੜ ਦਾ ਕਾਰੋਬਾਰ ਹੁੰਦਾ ਜੇਕਰ ਆਪ ਦੀ ਸਰਕਾਰ ਬਣੇ ਤਾਂ ਇਹ ਪੈਸਾ ਸਰਕਾਰ ਦੇ ਖਜ਼ਾਨੇ ਜਾਵੇਗਾ ਪਰ ਸਰਕਾਰ ਬਣਨ ਦੇ 50 ਦਿਨ ਬੀਤ ਜਾਣ ਤੇ ਵੀ ਰੇਤ ਦੀਆਂ ਕੀਮਤਾਂ ਕੰਟਰੋਲ ਨਹੀਂ ਹੋਈਆਂ ਨੇ ਭਗਵਾਨਤਮਾ ਦੇ ਸਰਕਾਰ ਵਿੱਚ ਚੰਨੀ ਦੇ ਕਾਰਜਕਾਲ ਦੇ ਮੁਕਾਬਲੇ ਭਾਅ ਦੁੱਗਣੇ ਤੋਂ ਵੀ ਵੱਧ ਹੋ ਗਏ ਨੇ ਚੰਨੀ ਸਰਕਾਰ ਵળે ਰੇਤੇ ਦੀ ਪ੍ਰਤੀ 100 ਫਟਕੀ ਮੇ 1300 ਤੋਂ 3600 ਰੁਪਏ ਤੱਕ ਸੀ ਜੋ ਹੁਣ 2800 ਤੋਂ 4000 ਰੁਪਏ ਤੱਕ ਆ ਪਹੁੰਚ ਗਈ ਹੈ ਸਥਿਤੀ ਇਹ ਕਿ ਪੰਜਾਬ ਦੇ ਗਵਾਂਢੀ ਰਾਜਾ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੋਂ ਵੀ ਮਹਿੰਗੀ ਇਹ ਰਹਿ ਤਾਰਈ ਹੈ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ ਹੁਣ ਮੂੰਗੀ ਤੇ ਬਾਸਪਤੀ ਤੇ ਦਿੱਤੀ ਜਾਵੇਗੀ ਐਮਐਸਪੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਲ ਲੁਧਿਆਣਾ ਪਹੁੰਚੇ ਉੱਥੇ ਉਹਨਾਂ ਨੇ ਪੀਓਯੂ ਵੇਖੇ ਮਹਾਰਾਜ ਜੱਸਾ ਸਿੰਘ ਰਾਮਗੜੀਆ ਦੇ ਜਾਮ ਦਿਹਾੜੇ ਮੌਕੇ ਕਰਵਾਏ ਰਾਜਪਦਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਸਮਾਗਮ ਵਿੱਚ ਮੁੱਖ ਮੰਤਰੀ ਨੇ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਤੇ ਇਸ ਦੌਰਾਨ ਉਹਨਾਂ ਮੂੰਗੀਆਂ ਤੇ ਬਾਸਪਤੀ ਤੇ ਘੱਟੋ-ਘੱਟ ਸਮਾਤਰ ਮੁੱਲ ਜਾਨਕਿ ਐਮਐਸਪੀ ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਵੱਡੇ ਫੈਸਲੇ ਲੈਣੇ ਪੈਣਗੇ ਸਰਕਾਰ ਲੋਕਾਂ ਦਾ ਸਾਥ ਦੇਵੇਗੀ ਕਿਸਾਨਾਂ ਨੂੰ ਜਾਗਰੂਕ ਕਰਨਾ ਹੋਵੇਗਾ ਤਾਂ ਹੀ ਪੰਜਾਬ ਦਾ ਪਾਣੀ ਅਤੇ ਹਵਾ ਸਾਫ਼ ਹੋ ਸਕਦੀ ਹੈ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਹੈ ਜਿਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਪੰਜਾਬ ਦੇ ਨਾਲ ਲੋਕਾਂ ਦਾ ਸਾਥ ਮਿਲਣ ਤੇ ਹੀ ਪੰਜਾਬ 'ਚ ਵਿਕਾਸ ਸੰਭਵ ਹੈ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਬਦਲਣ ਦੀ ਤਿਆਰੀ ਵਿੱਚ ਆਪ ਸਰਕਾਰ ਦੋਸਤੋ ਪੰਜਾਬ ਵਿੱਚ ਬਣਨ ਵਾਲੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਬਣੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਬਦਲਣ ਦੀ ਤਿਆਰੀ ਖਿੱਚ ਲਈ ਗਈ ਹੈ ਪੰਜਾਬ ਦੇ ਆਰਕੀਟੈਕਚਰ ਵਿਭਾਗ ਵੱਲੋਂ ਦਿੱਲੀ ਮੁਹੱਲਾ ਕਲੀਨਿਕਾ ਦਾ ਦੌਰਾ ਕੀਤਾ ਗਿਆ ਪੰਜਾਬ ਆਰਕੀਟੈਕਚਰ ਵਿਭਾਗ ਦੇ ਮੁਖੀ ਮੈਡਮ ਸਪਨਾ ਦੇ ਟੀਮ ਨਾਲ ਦੌਰਾ ਕੀਤਾ ਸੀ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਪੰਜਾਬ ਆਰਕੀਟੈਕਚਰ ਵਿਭਾਗ ਦੇ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਵੀ ਦਿੱਲੀ ਦੌਰੇ ਉੱਤੇ ਗਏ ਸਨ ਸਿਹਤ ਵਿਭਾਗ ਅਤੇ ਪੰਜਾਬ ਆਰਕੀਟੈਕਚਰ ਵਿਭਾਗ ਵਿੱਚ ਲਾਪਰਗ ਸਹਿਯੋਗੀ ਬਣ ਗਈ ਹੈ ਆਰਕੀਟੈਕਚਰ ਵਿਭਾਗ ਨੇ ਸੇਵਾ ਕੇਂਦਰਾਂ ਵਿੱਚ ਮੁਹੱਲਾ ਕਲੀਨਿਕ ਚਲਾਉਣ ਦੀ ਤਜਵੀਜ਼ ਭੇਜੀ ਹੈ ਮਜ਼ਬੂਤ ਬੁਨਿਆਦੀ ਢਾਂਚੇ ਨਾਲ ਲੈਸ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਦਾ ਨਾਮ ਦਿੱਤਾ ਜਾ ਸਕਦਾ ਹੈ ਮਾਨ ਸਰਕਾਰ ਫਿਲਹਾਲ ਹਰ ਵਿਧਾਨ ਸਭਾ ਹਲਕਿਆਂ ਵਿੱਚ ਇੱਕ ਮੁਹੱਲਾ ਕਲੀਨਿਕ ਖੋਲਣ ਦੀ ਤਿਆਰੀ ਵਿੱਚ ਹੈ ਜਿਕਰ ਜੋਗਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਚ ਆਪ ਦੀ ਸਰਕਾਰ ਆਉਂਦੀ ਹੈ ਤੇ ਦਿੱਲੀ ਦੀ ਤਰਜ਼ ਉਤੇ ਹੀ ਪੰਜਾਬ ਚ ਮੁਹੱਲਾ ਕਲੀਨਿਕ ਖੋਲਣ ਅਤੇ ਲੋਕਾਂ ਨੂੰ ਅਚਪੱਧ ਦੀ ਸਿਹਤ ਸਹੂਲਤਾਂ ਬਹਾਈਆ ਕਰਵਾਉਣਗੇ ਇਸ ਗਰਾਟੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਕਲੀਨਿਕਾਂ ਦਾ ਦੌਰਾ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਵਿੱਚ ਇੱਕ ਵਿਧਾਨ ਸਭਾ ਹਲਕੇ ਵਿੱਚ ਇੱਕ ਕਲੀਨਿਕ ਮੁਹੱਲਾ ਖੋਲਣ ਦੀ ਇਲਾ ਖੋਲਣ ਦਾ ਐਲਾਨ ਕੀਤਾ ਔਰਤ ਨੂੰ ਕਰਵਾਇਆ ਜਾਵੇਗਾ ਮੁਫਤ 70 ਘੰਟੇ ਦਾ ਆਨਲਾਈਨ ਕੋਰਸ ਇੰਜ ਰਜਿਸਟ੍ਰੇਸ਼ਨ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਔਰਤਾਂ ਦੇ ਹਿੱਤ ਵਿੱਚ ਇਹ ਫੈਸਲਾ ਲਿਆ ਜਿਸ ਮੁਤਾਬਕ ਮਾਈਕਰੋ ਸੌਫਟ ਰਾਹੀਂ ਔਰਤਾਂ ਨੂੰ ਮੁਫਤ ਸਰਟੀਫਿਕੇਟ ਕੋਰਸ ਕਰਵਾਇਆ ਜਾਵੇਗਾ ਜਿਸ ਨਾਲ ਔਰਤਾਂ ਨੌਕਰੀ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਕਾਬਿਲ ਬਣਨਗੀਆਂ ਅਬਦੀ ਦੇ ਇੱਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਈਕਰੋਸਾਫਟ ਅਤੇ ਪੀਐਸਡੀਐਮ ਨੇ ਪੰਜਾਬ ਵਿੱਚ 10 ਹਜ਼ਾਰ ਤੋਂ ਵੱਧ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਅਤੇ ਨੌਕਰੀ ਲੈਣ ਦੇ ਕਾਬਲ ਬਣਾਉਣ ਲਈ ਸਾਂਝੇਦਾਰੀ ਕੀਤੀ ਹੈ ਝੋਨੇ ਦੀ ਲਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਫਾਰਮੂਲਾ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਅੱਜ ਦੀ ਇੰਪੋਰਟੈਂਟ ਖਬਰ ਹੈ ਜੀ ਕਿ ਚੋਣੇ ਦੀ ਲਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਫਾਰਮੂਲਾ ਪੇਸ਼ ਕੀਤਾ ਜਿਸ ਤਹਿਤ ਪੰਜਾਬ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਇਸ ਵਾਰ ਪੰਜਾਬ ਚੋਣੇ ਲਵਾਈ ਸਮچے ਪੰਜਾਬ ਚ ਇੱਕੋ ਸਮੇਂ ਸ਼ੁਰੂ ਨਹੀਂ ਹੋਵੇਗੀ ਸਗੋਂ ਜ਼ੋਨਾਂ ਤਹਿਤ ਸ਼ੁਰੂ ਹੋਵੇਗੀ ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣੇ ਦੀ ਲਵਾਈ ਮੌਕੇ ਕਿਸਾਨਾਂ ਨੂੰ ਦਰਪੇਸ਼ਵਸਥਾਵਾਂ ਤੋਂ ਦੂਰ ਕਰਨ ਲਈ ਨਵਾਂ ਤਜਰਬਾ ਕੀਤਾ ਹੈ ਆਪ ਸਰਕਾਰ ਦਾ ਤਰਕ ਹੈ ਕਿ ਕੋਵਿਡ ਵਾਲੇ ਪੰਜਾਬ ਵਿੱਚ ਚੋਣੇ ਲਵਾਈ ਸ਼ੁਰੂ ਹੋਣ ਨਾਲ ਕਈ ਤਰ੍ਹਾਂ ਦੇ ਸੰਕਟ ਬਣਦੇ ਨੇ ਜਿਨ੍ਹਾਂ ਨੂੰ ਟਾਲਣ ਲਈ ਨਵੀਂ ਵਿਵਸਥਾ ਬੰਦੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਖੇਤੀ ਵਿਭਾਗ ਨੇ ਖਾਕਾ ਤਿਆਰ ਕੀਤਾ ਹੈ ਕਿ ਪਹਿਲੇ ਗੇੜ ਵਿੱਚ 18 ਜੂਨ ਤੋਂ 6 ਜ਼ਿਲ੍ਹਿਆਂ 'ਚ ਦੂਜੇ ਗੇੜ 'ਚ 20 ਜੂਨ ਤੋਂ ਹੋਰ 6 ਜ਼ਿਲ੍ਹਿਆਂ 'ਚ ਅਤੇ ਚੋਣੇ ਦੀ ਲਵਾਈ ਸ਼ੁਰੂ ਹੋਵੇਗੀ ਤੀਜੇ ਗੇੜ ਵਿੱਚ 22 ਜੂਨ ਤੋਂ 6 ਜ਼ਿਲ੍ਹਿਆਂ 'ਚ ਅਤੇ 24 ਜੂਨ ਤੋਂ ਬਾਕੀ ਰਹਿੰਦੇ ਜ਼ਿਲ੍ਹਿਆਂ 'ਚ ਚੋਣਾਂ ਲਾਇਆ ਜਾਵੇਗਾ। ਇਸ ਤਹਿਤ ਮਾਲਵਾ ਖੇਤਿਆਂ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਉਧਰ ਪੰਜਾਬ ਸਰਕਾਰ ਨੇ ਵੀ ਮਈ ਤੋਂ 24 ਸਦੀ ਉਜਾਈ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦੀ ਉਜਾਈ ਪ੍ਰਤੀ ਕਾਫੀ ਰੁਚੀ ਦਿਖਾਈ ਜਾ ਰਹੀ ਹੈ ਉਹਨੇ ਆਪਣੀ ਜਰਦੀ ਪਿੰਡ ਸਤੋਜ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਲਈ ਰਾਦ ਸਿਰਬੰਨ ਮੁੱਖ ਮੰਤਰੀ ਵੱਲੋਂ ਕੀਤੀ ਅਪੀਲ ਨੂੰ ਬੂਰਵੇ ਪੈਣ ਲੱਗਾ ਤੇ ਕਈ ਸੰਸਥਾਵਾਂ ਅਤੇ ਪਿੰਡਾਂ ਦੇ ਕਿਸਾਨਾਂ ਨੇ ਇਸ ਵਾਰ ਝੋਨੇ ਦੀ ਸਦੀ ਉਜਾਈ ਕਰਨ ਲਈ ਹੰਗਾਰਾ ਵੀ ਭਰਿਆ ਹੈ ਪੰਜਾਬ ਪੁਲਿਸ ਦੇ ਪੰਜਾਬ ਮੁਲਾਜ਼ਮਾਨੀ ਕੇਜਰੀਵਾਲ ਨੂੰ ਧਮਕੀ ਦੇਣ ਵਾਲੇ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਕੀਤਾ ਗ੍ਰਿਫਤਾਰਾ ਦੋਸਤੋ ਪੰਜਾਬ ਪੁਲਿਸ ਨੇ ਆਪਣੇ ਸਾਈਬਰ ਸੈੱਲ ਕੋਲ ਦਰਜ ਕੀਤੀ ਸ਼ਿਕਾਇਤ ਦੇ ਆਧਾਰ ਤੇ ਸ਼ੁੱਕਰਵਾਰ ਸਵੇਰੇ ਭਾਜਪਾ ਨੇਤਾ ਤਜਿੰਦਰਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਕਰ ਲਿਆ ਇੱਕ ਵੀਡੀਓ ਬਿਆਨ ਵਿੱਚ ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਕੁਮਾਰ ਜੰਦਰਲ ਨੇ ਦਾਵਾ ਕੀਤਾ ਕਿ ਲਗਭਗ ਪੰਜਾਬ ਪੁਲਿਸ ਵਾਲੇ ਸਵੇਰੇ 8:30 ਵਜੇ ਬੱਗਾ ਦੇ ਦਿੱਲੀ ਘਰ ਵਿੱਚ ਦਾਖਲ ਹੋਏ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਾਈਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਤੇਜਿੰਦਰ ਬੱਗਾ ਦੇ ਕਿਥੇ ਤੇ ਗ੍ਰਿਫਤਾਰਾਈ ਦਾ ਜ਼ਿਕਰ ਕੀਤੇ ਬਿਨਾ ਆਮ ਆਦਮੀ ਪਾਰਟੀ ਦੇ ਮੁਖੀ ਹਰਵਿੰਦਰ ਕੇਜਰੀਵਾਲ ਤੇ ਸਿਆਸੀ ਵਿਰੋਧੀ ਨੂੰ ਨਿਸ਼ਾਨਾ ਬਣਾਉਣ ਲਈ ਪੰਜਾਬ ਉਸੇ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ ਤੇਜਿੰਦਰ ਨੇ ਤੇਜਿੰਦਰ ਦੇ ਪਿਤਾ ਕਿਰਪਾਲ ਸਿੰਘ ਬੱਗਾ ਨੇ ਦੱਸਿਆ ਕਿ ਸਵੇਰੇ 10 ਵਜੇ 10:15 ਦੇ ਕਰੀਬ ਪੰਜਾਬ ਪੁਲਿਸ ਵਾਲੇ ਮੇਰੇ ਕਾਰ ਅੰਦਰ ਆਏ ਜਦੋਂ ਮੈਂ ਗ੍ਰਿਫਤਾਰੀ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ ਮੂੰਹ ਤੇ ਮੁੱਕਾ ਮਾਰਿਆ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ 8:30 ਵਜੇ ਮੈਂ ਉਹ ਤਜਿੰਦਰ ਦੁਕਟੀਸ ਕੇ ਬਾਹਰ ਲੈ ਗਏ ਇਸ ਦੌਰਾਨ ਪਾਇਪਾ ਆਗੂ ਨੇ ਉਸ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਪੰਜਾਬ ਦੇ ਤੋੜੇ ਪੰਜਾਬ ਤੋਂ ਬਾਹਰ ਜਾਣ ਤੇ ਰੋਕ ਡੇਰੀ ਚਾਲਕਾਂ ਨੇ ਰੋਕੇ ਟਰੱਕ ਦੋਸਤੋ ਪੰਜਾਬ ਚ ਤੂੜੀ ਦੀ ਕਿੱਲਤ ਲਗਾਤਾਰ ਵਧਦੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਛੋਟੇ ਕਿਸਾਨਾਂ ਤੇ ਬੇਜਮੀਨੇ ਪਸ਼ੂ ਪਾਲਕ ਤੂੜੀ ਦੀਆਂ ਬਾਦ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਨੇ ਉੱਤੇ ਹੀ ਡੇਰੀ ਚਾਲਕਾਂ ਨੂੰ ਵੀ ਤੂੜੀ ਨੂੰ ਲੈ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਚ ਡੇਰੀ ਚਾਲਕਾਂ ਵੱਲੋਂ ਫੈਕਟਰੀਆਂ ਵਿੱਚ ਜਾਣ ਵਾਲੀ ਤੂੜੀ ਜਾਂ ਫਿਰ ਪੰਜਾਬ ਤੋਂ ਬਾਹਰ ਜਾਣ ਵਾਲੀ ਤੂੜੀ ਦੀਆਂ ਟਰਾਲੀਆਂ ਤੇ ਟਰੱਕਾਂ ਨੂੰ ਘੇਰਿਆ ਜਾ ਰਿਹਾ ਹੈ ਜਿਸ ਦੀਆਂ ਤਾਜ਼ਾ ਤਸਵੀਰਾਂ ਅਮਨਸਰ ਦੇ ਚਭਾਲ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਡੇਰੀ ਚਾਲਕਾਂ ਵੱਲੋਂ ਤੂੜੀ ਨਾਲ ਭਰੇ ਟਰੱਕ ਰੁਕੇਗੇ ਇਸ ਮੌਕੇ ਗੱਲਬਾਤ ਕਰਦੇ ਡੇਰੀ ਚਾਲਕ ਜਗਮਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਡੇਰੀ ਚਾਲਕ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ ਉਨ੍ਹਾਂ ਕਿਹਾ ਕਿ ਇਸ ਸਾਲ ਤੂੜੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਕਾਫੀ ਪਰੇਸ਼ਾਨ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੰਜਾਬ ਦੀ ਤੂੜੀ ਨੂੰ ਪੰਜਾਬ ਤੋਂ ਬਾਹਰ ਨਾ ਜਾਣ ਦੇਣ PSEB ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੇ ਨਤੀਜਾ ਐਲਾਨੇ ਤਿੰਨ ਵਿਦਿਆਰਥੀਆਂ ਦੇ 500 ਚੋਂ 500 ਨੰਬਰ ਆ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਅਕਾਦਮਿਕ ਸਾਲ 2021-22 ਨਾਲ ਸੰਬੰਧਿਤ ਪੰਜਵੀਂ ਜਮਾਤ ਦੇ ਨਤੀਜਾ ਐਲਾਨੇ ਇਸ ਮਹੀਨੇ ਸਮਾਪਤ ਹੋਈਆਂ ਪ੍ਰੀਖਿਆਵਾਂ ਚ કુલ 31986 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਦਾ ਨਤੀਜਾ 99.57% ਰਿਹਾ ਪਾਸ ਵਿੱਚ ਪਾਸ ਫੀਸਦੀ ਚ ਇਸ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨਾਲ ਬਿਹਤਰ ਪ੍ਰਦਰਸ਼ਨ ਕੀਤਾ ਤੇ ਇਸ ਵਾਰੇ 99.63% ਰਿਹਾ ਜਦਕਿ ਮੁੰਡੇ 99.52 ਪਾਸ ਹੋ ਸਕੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ pseb.ac.in ਤੇ ਸਨੈਚਰ ਵਾਰ ਨੂੰ 10 ਵਜੇ ਨਤੀਜਾ ਦੇਖ ਸਕਣਗੇ ਮਾਨਸਾ ਦੇ ਸੁਖਮਾਨ ਕੌਰ 500 ਚੋਂ 500 ਨੰਬਰ ਲੈ ਕੇ ਇੱਕ ਨੰਬਰ ਤੇ ਰਹੇ ਜਦਕਿ ਕਪੂਥਲਾ ਜ਼ਿਲ੍ਹੇ ਦੇ ਰਾਜਵੀਰ ਮੂਮਿਤ ਇਸ ਸਹਿਜਪ੍ਰੀਤ ਕਾਲ ਲੜੀਵਾਰ ਦੂਜੇ ਤੇ ਤੀਜੇ ਨੰਬਰ ਤੇ ਰਹੇ ਉਹਨਾਂ ਦੋਵਾਂ ਨੇ 500 ਚੋਂ 500 ਨੰਬਰ ਹਾਸਲ ਕੀਤੇ ਇਸ ਤਰ੍ਹਾਂ ਪਾਸ ਫੀਸ ਦੀ ਤੇ ਨਵਾਂ ਸ਼ਹਿਰ ਨੇ ਮੱਲ ਮਾਰਿਆ ਸ਼ਹੀਦ ਭਗਤ ਸਿੰਘ ਨਗਰ ਦਾ ਪਾਸ ਫੀਸ ਦੀ ਸਭ ਤੋਂ ਜ਼ਿਆਦਾ 99.83 ਰਿਹਾ ਹੈ ਪੰਜਾਬ ਸਰਕਾਰ ਨੇ ਕਲਰਕਾਂ ਦੀਆਂ 1200 ਅਸਾਮੀਆਂ ਕੱਢੀਆਂ ਦੋਸਤੋ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਚ 1200 ਕਲਰਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਨੇ ਐਸਐਸਐਸ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਜਾਰੀ ਕਰਕੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਐਸਐਸਐਸ ਬੋਰਡ ਵੱਲੋਂ ਜਾਰੀ ਇਸ਼ਤਿਹਾਰ ਮੁਤਾਬਕ 917 ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਅਤੇ 283 ਕਲਰਕ ਲੀਗਲ ਦੀਆਂ ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਨੇ ਜੋਗ ਉਮੀਦਵਾਰ 15 ਮਈ 2022 ਤੋਂ ਐਸ 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 ਬੋਰਡ ਦੀ ਵੈਬਸਾਈਟ ਤੇ ਆਨਲਾਈਨ ਫਾਰਮ ਭਰ ਸਕਦੇ ਨੇ ਸਾਮੀਆਂ ਦੀ ਭਾਗੀ ਸਬੰਧੀ ਵਿਦਿਅਕ ਯੋਗਤਾ ਤਨਖਾਹ ਸਕਿੱਲ ਅਪਲਾਈ ਕਰਨ ਦੀ ਅੰਤਿਮ ਮਿਤੀ ਆਰ ਸੂਚਨਾ ਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ 15 ਮਈ ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਵੇਗਾ ਸੁकन्या ਸਮਰiddhi ਯੋਜਨਾ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਜਲਦੀ ਹੀ ਮਿਲ ਸਕਦੀ ਹੈ ਖੁਸ਼ਖਬਰੀ ਦੋਸਤੋ ਜੇਕਰ ਤੁਸੀਂ ਬੱਚਤ ਯੋਜਨਾਵਾਂ ਜਿਵੇਂ ਕਿ ਐਨ ਐਸ ਸੀ ਪੀ ਪੀ ਐਫ ਅਤੇ ਸੁकन्या ਸਮਰiddhi ਯੋਜਨਾ ਵਿੱਚ ਨਿਵੇਸ਼ ਕਰਦੇ ਹੋ ਤਾਂ ਜੂਨ ਵਿੱਚ ਤੁਹਾਡੇ ਲਈ ਖੁਸ਼ਖਬਰੀ ਦਾ ਐਲਾਨ ਹੋ ਸਕਦਾ ਹੈ ਰਿਜ਼ਰਵ ਬੈਂਕ ਦੇ ਰੈਪੋ ਦਰ ਨੂੰ 40 ਆਧਾਰ ਅੰਕ ਵਧਾ ਕੇ 4.40 ਫੀਦੀ ਕਰਨ ਤੋਂ ਬਾਅਦ ਜਦੋਂ ਵਿੱਤ ਮੰਤਰਾਲਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਲਈ ਇਹਨਾਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਤੇ ਸਮੀਖਿਆ ਕਰੇਗਾ ਤਾਂ ਇਹਨਾਂ ਬੱਚਤ ਯੋਜਨਾਵਾਂ ਤੇ ਵਿਆਜ ਦਰਾਂ ਨੂੰ ਵਧਾਇਆ ਜਾ ਸਕਦਾ ਹੈ ਅਰੇ ਜ਼ਰਬ ਬੈਂਕਾਂ ਵੱਲੋਂ ਰੈਪੋ ਦਰ ਵਧਾਉਣ ਦੇ ਫੈਸਲੇ ਤੋਂ ਬਾਅਦ ਕਈ ਬੈਂਕਾਂ ਨੇ ਜਮਾ ਤੇ ਜਮਾ ਤੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਜਿਹੇ ਚ ਉਮੀਦ ਕੀਤੀ ਜਾ ਰਹੀ ਕਿ 1 ਜੁਲਾਈ ਤੋਂ ਇਹਨਾਂ ਬੱਚਤ ਯੋਜਨਾਵਾਂ ਤੇ ਵਿਆਜ ਦਰਾਂ ਵਿੱਚ ਵਾਧਾ ਹੋ ਸਕਦਾ ਹੈ ਮੌਜੂਦਾ ਸਮੇਂ ਚ ਪਬਲਿਕ ਪ੍ਰੋਗਰੈਟ ਫੰਡ ਤੇ ਵਿਆਜ ਦਰ 7.1 ਫੀਦੀ ਜਦੋਂ ਕਿ ਐਨ ਐਸ ਐਸ ਸੀ ਤੇ ਵਿਆਜ ਦਰ 6.8 ਫੀਦੀ ਇਸ ਕਰਨਿਆ ਸਮੇਂ ਦੀ ਯੋਜਨਾ 7.6% ਤਾਂ ਵਿਆਜ ਪ੍ਰਦਾਨ ਕਰਦੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤੇ 7.4 ਫੀਦੀ ਵਿਆਜ ਮਿਲ ਰਿਹਾ ਹੈ ਕਿਸਾਨ ਵਿਕਾਸ ਪੱਤਰ ਤੇ 6.9 ਫੀਦੀ ਵਿਆਜ ਮਿਲ ਰਿਹਾ ਹੈ ਦੱਸ ਦੇਈਏ ਕਿ 2020 ਦੀ ਪਹਿਲੀ ਤਿਮਾਹੀ ਤੋਂ ਛੋਟੀਆਂ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾ ਨਹੀਂ ਹੋਇਆ ਸ਼ਾਨਦਾਰ ਆਫਰ 5000 ਰੁਪਏ ਸਸਤਾ ਮਿਲ ਰਿਹਾ ਹੈ ਵੀਵੋ ਦਾ ਇਹ ਫੋਨ ਦੋਸਤੋ ਵੀਵੋ ਦੀ 20 23 ਸੀਰੀਜ਼ ਸੀਰੀ ਦਾ ਹੈ ਤੇ ਐਸ ਸੀਰੀਜ਼ ਤਹਿਤ ਕਈ ਫੋਨ ਲਾਂਚ ਹੋਏ ਨੇ ਤਾਂ ਐਸ ਸੀਰੀਜ਼ ਦਾ ਇੱਕ ਫੋਨ ਵੀਵੋ V23e 5G ਜੋ ਹੈ ਜੋ ਫਿਲਹਾਲ 15000 ਰੁਪਏ ਸਸਤਾ ਮਿਲ ਰਿਹਾ ਹੈ ਦਰਅਸਲ ਵੀਵੋ ਨੇ ਵੀਵੋ V23e ਤੇ 5G ਤੇ ਸਮਰ ਸਪੈਸ਼ਲ ਆਫਰ ਤਹਿਤ 5000 ਰੁਪਏ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ ਵੀਵੋ V3e 5G ਨੂੰ ਹਾਲ ਹੀ ਵਿੱਚ ਭਾਰਤ ਵਿੱਚ ਐਮੋਲਡ ਡਿਸਪਲੇ ਅਤੇ ਮੀਡੀਆਟੈਕ ਡਾਈਮੈਟਸਟੀ ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ vivo V23e 5G ਦੀ ਕੀਮਤ 25990 ਰੁਪਏ ਹੈ ਅਤੇ ਇਸ ਨੂੰ 8GB RAM 128GB ਸਟੋਰੇਜ ਮਿਡਨਾਈਟ ਬਲੂ ਅਤੇ ਸਨਸ਼ਾਈਨ 골ਡ ਰੰਗ ਚ ਖਰੀਦਾ ਜਾ ਸਕਿਆ 10 ਮਈ ਤੱਕ ਸਮਾ ਸਪੈਸ਼ਲ ਆਫਰ ਤਹਿਤ ਜੇਕਰ ਤੁਸੀਂ ICICI ਕਾਰਡ ਅਤੇ IDFC ਕਾਰਡ ਅਤੇ ਵਨ ਕਾਰਡ ਅਤੇ ਐਸਬੀ ਕਾਰਡ ਦੇ ਰਾਹੀਂ ਪੇਮੈਂਟ ਕਰਦੇ ਤਾਂ ਤੁਹਾਨੂੰ 5000 ਰੁਪਏ ਦਾ ਕੈਸ਼ਬੈਕ ਮਿਲੇਗਾ ਜਿਸ ਤੋਂ ਬਾਅਦ ਫੋਨ ਦੀ ਪ੍ਰਭਾਵੀ ਕੀਮਤ 20990 ਰੁਪਏ ਹੋ ਜਾਵੇਗੀ ਫੋਨ ਨੂੰ ਵੀਵੋ ਦੇ ਆਨਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਡੀਸੀ ਦੋਸਤੋ ਅੱਜ ਦੀ ਲਾਸਟ ਕਬਰ ਹੈ ਜੀ ਪੰਜਾਬ ਚ ਦਿਨੋਂ ਦਿਨ ਡੂੰਘੇ ਹੋ ਰਹੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਵਾਸਤੇ ਪੰਜਾਬ ਸਰਕਾਰ ਨੇ ਇਸ ਸੋਹਣੀ ਦੇ ਸੀਜ਼ਨ ਤੋਂ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਸਾਲ ਇਸ ਨਾਲ ਝੋਨੇ ਦੀ ਸਿੱਧੀ ਬਜਾਈ ਵੀ 20 ਮਈ ਤੋਂ ਕੀਤੀ ਜਾ ਸਕਦੀ ਹੈ ਪ੍ਰਗਟਾਵਾ ਕਰਦੇ ਹੈ ਡਿਪਟੀ ਕਮਿਸ਼ਨਰ ਹਰਪੀਤ ਸਿੰਘ ਸੂਦਨ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਲਈ ਹਰ ਤਰ੍ਹਾਂ ਦਾ ਤਕਨੀਕੀ ਸਹਿਯੋਗ ਦੇਣ ਲਈ ਉਹ ਤਿਆਰ ਹਨ ਅਤੇ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਭਾਗ ਜ਼ਿਲ੍ਹੇ ਵਿੱਚ ਇਸ ਬਿਜਾਈ ਦੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕੇ ਤੇ ਹੁਣ ਵੀ ਤੁਹਾਡੀ ਸੇਵਾ ਵਿੱਚ ਹਰ ਤਰ੍ਹਾਂ ਨਾਲ ਮਦਦ ਲਈ ਤਿਆਰ ਹੈ ਸੂਦਨ ਨੇ ਕਿਹਾ ਕਿ ਜ਼ਿਲ੍ਹੇ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਹੁਤ ਹੀ ਚੰਗੀ ਨਹੀਂ ਹੈ ਇਸ ਤੋਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬਚਤ ਅੱਜ ਤੋਂ ਹੀ ਸ਼ੁਰੂ ਕਰਨੀ ਪਵੇਗੀ ਉਹਨਾਂ ਨੇ ਕਿਹਾ ਕਿ ਸਿੱਧੀ ਬਿਜਾਈ ਜਿੱਥੇ ਪਾਣੀ ਦੀ ਬਚਤ ਕਰਦੀ ਹੋ ਅਤੇ ਹੀ ਲੇਬਰ ਦੇ ਖਰਚੇ ਘਟਦੇ ਨੇ ਝੋਨੇ ਦੇ ਝਾੜ ਉੱਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ ਜਿਸ ਨਾਲ ਕਿਸਾਨਾਂ ਦਾ ਮੁਨਾਫਾ ਵਧੇ ਉਹਨਾਂ ਕਿਸਾਨਾਂ ਨੂੰ ਸਤਾ ਰਿਤ ਕਿ ਜੇਕਰ ਕਿਸਾਨ ਕਿਸਾਨਾਂ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕੋਈ ਤਕਨੀਕੀ ਜਾਣਕਾਰੀ ਚਾਹੀਦੀ ਹੈ ਤਾਂ ਖੇਤੀਬਾੜੀ ਭਾਗ ਨਾਲ رابطہ ਕਰ ਸਕਦੇ ਨੇ ਸਾ ਦੋਸਤੋ ਅਸੀਂ ਆਪਨੀ ਅੱਜ ਸਵੇਰ ਦੀਆਂ ਤਾਜ਼ਾਤਰੀਨ ਵੱਡੀਆਂ ਖਬਰਾਂ ਦੋਸਤੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ حاضر ਹੋਵਾਂਗੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ